ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬੀਏ ਸੈਮੈਸਟਰ 1 ਦੇ ਲਈ ਪੰਜਾਬੀ ਲਾਜ਼ਮੀ ਸਬਜੈਕਟ ਦੇ ਜਿਹੜੇ ਕਿ ਕਹਾਣੀਆਂ ਦੋ ਕਹਾਣੀਆਂ ਦਾ ਅੰસાર ਕਰਾਂਗੇ ਆਪਾਂ ਪੇਮੀ ਦੇ ਨਿਆਣੇ ਤੇ ਰਾਸਲੀਲਾ ਠੀਕ ਹੈ ਪੇਮੀ ਦੇ ਨਿਆਣੇ ਤੇ ਰਾਸ ਰੀਲਾ ਇਹ ਕਹਾਣੀਆਂ ਦੋ ਕਰਾਂਗੇ ਇਸ ਵੀਡੀਓ ਦੇ ਵਿੱਚ ਇਹਨਾਂ ਦੇ ਸਾਰ ਠੀਕ ਹੈ ਪੇਮੀ ਦੇ ਨਾਂ ਹਣੀ ਕਹਾਣੀ ਹੈਗੀ ਸੰਤ ਸਿੰਘ ਸੇਖੋ ਦੀ ਤੇ ਰਾਸ ਰੀਲਾ ਕਹਾਣੀ ਹੈਗੇ ਸੁਜਾਨ ਸਿੰਘ ਦੀ ਤੇ ਹਰ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਜਿਹੜੇ ਕਿ ਮੁੱਖ ਪਾਤਰ ਤੇ ਪਾਤਰ ਦੱਸਿਆ ਐਵੇਂ ਹੀ ਆਪਾਂ ਇਸ ਵੀਡੀਓ ਦੇ ਵਿੱਚ ਵੀ ਦੱਸਾਂਗੇ ਤੇ ਆਪਾਂ ਜਿਹੜੇ ਕਿ ਹੁਣ ਤੱਕ ਕਹਾਣੀਆਂ ਅਪਲੋਡ ਕਰ ਚੁੱਕੇ ਹੋ ਹੈਗੇ ਨੇ ਤਾਂਛ ਦੀ ਆਦਤ ਕਰਾਮਾਤ ਕਹਾਣੀ ਖਸਮਾ ਖਾਣੇ ਮਰਨਰੁੱਤ ਤੇ ਭਾਬੀ ਮੈਣਾ ਇਹ ਕਹਾਣੀਆਂ ਆਪਾਂ ਆਲਰੇਡੀ ਅਪਲੋਡ ਕਰ ਚੁੱਕੇ ਆ ਤੇ ਇਹਨਾਂ ਦੀ ਜਿਹੜੀ ਪਲੇਲਿਸਟ ਬਣੀ ਹੋਈ ਆ ਬੀਐਸ ਸੈਮੈਸਟਰ 1 ਠੀਕ ਹੈ ਬੀਐਸ semesters first ਪੰਜਾਬੀ ਯੂਨੀਵਰਸਿਟੀ ਉਹਦੇ ਵਿੱਚ ਹੀ ਇੰਗਲਿਸ਼ ਦੇ ਵੀਡੀਓਜ਼ ਨੇ ਉਹਦੇ ਵਿੱਚ ਹੀ ਪੰਜਾਬੀ ਦੇ ਵਿੱਚ ਹੀ ਹਿਸਟਰੀ ਵਿੱਚ ਪੰਜਾਬੀ ਲਿਟਰੇਚਰ ਠੀਕ ਹੈ ਵਿੱਚ ਹੀ ਉਹਦੇ ਵਿੱਚ ਸੋਸ਼ੀਓਲੋਜੀ ਹਿਸਟਰੀ ਸਾਰੇ ਸਬਜੈਕਟਸ ਨੇ ਠੀਕ ਹੈ ਉਸੇ ਪਲੇਲਿਸਟ ਦੇ ਵਿੱਚ ਤੇ ਉਹ ਮੈਂ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗਾ ਹਾਂਜੀ ਇਸ ਦੇ ਵਿੱਚ ਮੁੱਖ ਪਾਤਰ ਪਹਿਲਾਂ ਮੈਂ ਇਹ ਦੱਸਦੀ ਹੁੰਦੀ ਆ ਕਿ ਪਾਤਰ ਤੇ ਮੁੱਖ ਪਾਤਰ ਕਿਹੜੇ ਨੇ ਇਹਦੇ ਵਿੱਚ ਹਾਂਜੀ ਮੁੱਖ ਪਾਤਰ ਕਹਾਣੀਕਾਰ ਖੁਦ ਹੈ ਠੀਕ ਹੈ ਕਹਾਣੀਕਾਰ ਆਪ ਖੁਦ ਜਾਂ ਆਪ ਲਿਖ ਸਕਦੇ ਸੀ ਵੀ ਕਹਾਣੀਕਾਰ ਆਪ ਹੀ ਇਸ ਦਾ ਮੁੱਖ ਪਾਤਰ ਹੈ ਤੇ ਬਾਕੀ ਦੇ ਵਿੱਚ ਪਾਤਰ ਕਿਹੜੇ ਨੇ ਕਹਾਣੀਕਾਰ ਖੁਦ ਆਪ ਹੈ ਤੇ ਕਹਾਣੀਕਾਰ ਦੀ ਜਿਹੜੀ ਕਿ ਭੈਣ ਹੈ ਠੀਕ ਹੈ ਇਸ ਕਹਾਣੀ ਦੇ ਵਿੱਚ ਕਹਾਣੀਕਾਰ ਦੀ ਵੱਡੀ ਭੈਣ ਠੀਕ ਹੈ ਤੇ ਹੁਣ ਬਾਕੀ ਆਪਾਂ ਇਸ ਕਹਾਣੀ ਦੇ ਵਿੱਚ ਸਾਰ ਦੇਖਦੇ ਹਾਂ ਹਾਂਜੀ ਇਸ ਕਹਾਣੀ ਦੇ ਵਿੱਚ ਕੀ ਹੈ ਵੈਸੇ ਤੁਸੀਂ ਇਹ ਪਹਿਲਾਂ ਸੁਣੀ ਵੀ ਹੋਣੀ ਬਹੁਤ ਵਾਰ ਕੇਸ ਕਹਾਣੀ ਦੇ ਵਿੱਚ ਜਿਹੜੇ ਕਿ ਕਹਾਣੀਕਾਰ 11 ਸਾਲਾਂ ਆ ਗਿਆ 11 ਸਾਲਾਂ ਦੀ ਕਹਾਣੀ ਕਰਦੀ ਭੈਣ ਸੀ ਤੇ ਕਹਾਣੀਕਾਰ ਜਿਹੜੇ ਕਿ ਸੱਤ ਗੁਸਾਲਾ ਨਾ ਸੀ ਜਿਹੜੇ ਕਹਾ ਸੜਕ ਪਾਰ ਕਰਦੇ ਨੇ ਕਹਾਣੀ ਦੇ ਵਿੱਚ ਤੇ ਸੜਕ ਪਾਰ ਕਰਦੇ ਆ ਜਿਹੜੇ ਕਿ ਉਹਨਾਂ ਨੂੰ ਜਿਹੜੇ ਡਰ ਪਿਆ ਹੁੰਦਾ ਉਹ ਇਹਦੇ ਵਿੱਚ ਦੱਸਿਆ ਹੋਇਆ ਠੀਕ ਹੈ ਵੀ ਕਿਵੇਂ ਉਹ ਜਿਹੜੇ ਕਿ ਸੜਕਾਂ ਪਾਰ ਕਰਦੇ ਨੇ ਹਾਂਜੀ ਇਸ ਕਹਾਣੀ ਦੇ ਵਿੱਚ ਕੀ ਹੈ ਪੇਮੀ ਦਾ ਨਿਆਣੇ ਕਹਾਣੀ ਸੰਤ ਸਿੰਘ ਸੇਖੋ ਦੀ ਰਚਨਾ ਇਸ ਦੇ ਵਿੱਚ ਕਹਾਣੀਕਾਰ ਨੇ ਬੱਚਾਂ ਦੇ ਮਨ ਦੇ ਵਿੱਚ ਜਿਹੜੇ ਕਿ ਬਸੇ ਹੋਏ ਡਰ ਨੇ ਉਹਨਾਂ ਦੇ ਡਰ ਦੇ ਪ੍ਰਭਾਵ ਦੇ ਕਰਕੇ ਹੋਣ ਵਾਲੀ ਜਿਹੜੀ ਉਹਨਾਂ ਦੀ ਮਾਨਸਿਕ ਅਵਸਥਾ ਵੀ ਬੱਚਾਂ ਦੇ ਮਨ ਦੇ ਵਿੱਚ ਜਿਹੜਾ ਡਰ ਬੈਠਾ ਹੁੰਦਾ ਉਸ ਡਰ ਦੇ ਪ੍ਰਭਾਵ ਦੇ ਕਰਕੇ ਉਹਨਾਂ ਦੇ ਮਨ ਦੀ ਜਿਹੜੀ ਕਿ ਮਾਨਸਿਕ ਅਵਸਥਾ ਕਿਵੇਂ ਦੀ ਹੁੰਦੀ ਹੈ ਠੀਕ ਹੈ ਉਹਨਾਂ ਦਾ ਮੈਂਟਲ ਜਿਹੜੇ ਕਿ ਮੈਂਟਲੀ ਜਿਹੜੇ ਕਿ ਅਵਸਥਾ ਕਿਵੇਂ ਦੀ ਹੋ ਜਾਂਦੀ ਹੈ ਉਹ ਇਸ ਕਹਾਣੀ ਦੇ ਵਿੱਚ ਦੱਸਿਆ ਹੋਇਆ ਠੀਕ ਹੈ ਹਾਂਜੀ ਕਹਾਣੀਕਾਰ ਦੇ ਵਿੱਚ ਜਿਹੜੇ ਕੀ ਕਹਾਣੀਕਾਰ ਨੇ ਕਹਾਣੀ ਦੇ ਵਿੱਚ ਦੱਸਿਆ ਹੋਇਆ ਹੈ ਕੀ 2 ਕੋਸਾਲਾਂ ਪਹਿਲਾਂ ਠੀਕ ਹੈ ਕਹਾਣੀਕਾਰ 7 ਕੋਸਾਲਾਂ ਦਾ ਸੀ ਭਾਬਕੀ ਕਹਾਣੀਕਾਰ 7 ਸਾਲਾਂ ਦਾ ਸੀ ਤੇ ਉਹਦੀ ਵੱਡੀ ਭੈਣ ਸੀ 11 ਸਾਲਾਂ ਦੀ ਤੇ ਉਹ ਖੇਤ ਜਿਹੜਾ ਕਿ ਉਹਨਾਂ ਦੇ ਘਰ ਤੋਂ ਥੋੜੀ ਜੀ ਦੂਰੀ ਤੇ ਸੀ ਮੀਲ ਕੋ ਵਿੱਧ ਦੀ ਦੂਰੀ ਤੇ ਸੀ ਤੇ ਜਦੋਂ ਉਹ ਅੱਧ ਵਿਚਕਾਰ ਜਿਹੜੇ ਕਿ ਉਹਨਾਂ ਨੂੰ ਜਦੋਂ ਖੇਤ ਜਾਂਦੇ ਸੀ ਤਾਂ ਅੱਧ ਵਿਚਕਾਰ ਉਹਨਾਂ ਨੂੰ ਜਿਹੜੇ ਕਿ ਸੜਕ ਪਾਰ ਕਰਨੀ ਪੈਂਦੀ ਸੀ ਉਸ ਜਰਨੈਲੀ ਸੜਕਸ ਤੇ ਠੀਕ ਹੈ ਉਸ ਸੜਕ ਉਤੋਂ ਪਠਾਨ ਜਾਂਗਲੀ ਰਾਸ਼ੇ ਲੰਘਦੇ ਹੁੰਦੇ ਸੀ ਠੀਕ ਹੈ ਪਠਾਨ, ਜਾਂਗਲੀ ਰਾਸ਼ੀ ਤੇ ਇਸ ਕਹਾਣੀ ਦੇ ਵਿੱਚ ਪਾਤਰ ਇੱਕ ਤਾਂ ਆਪਣੇ ਮੁੱਖ ਪਾਤਰ ਦੱਸ ਸੀ ਪਾਤਰ ਇੱਕ ਕਹਾਣੀਕਾਰ ਖੋਦਾ ਤੇ ਇੱਕ ਰਾਸ਼ੇ ਨੇ ਤੇ ਇੱਕ ਉਹਦੀ ਭੈਣ ਆ ਠੀਕ ਹੈ ਤੇ ਇੱਥੋਂ ਇਹ ਲੰਘਦੇ ਹੁੰਦੇ ਨੇ ਉਸ ਸੜਕ ਉੱਤੋਂ ਦੀ ਜਿਹੜੀ ਸੜਕ ਉਹਨਾਂ ਨੇ ਪਾਰ ਕਰਨੀ ਹੁੰਦੀ ਆ ਉਸ ਸੜਕ ਉੱਤੋਂ ਦੀ ਪਠਾਨ, ਜਾਂਗਲੀ ਤੇ ਰਾਸ਼ੇ ਲੰਘਦੇ ਹੁੰਦੇ ਨੇ ਠੀਕ ਹੈ ਤੇ ਕਹਾਣੀਕਾਰ ਦੀ ਉਹਦੀ ਭੈਣ ਨੂੰ ਜਦੋਂ ਹਰ ਰੋਜ਼ ਆਪਣੇ ਖੇਤ ਦੇ ਵਿੱਚ ਆਪਣੇ ਜਿਹੜੇ ਕਿ ਬਾਪੂ ਆਪਣੇ ਪਿਤਾ ਆਪਣੇ ਪਿਤਾ ਤੇ ਕੰਮੇ ਦੀ ਜਿਹੜੀ ਕਿ ਰੋਟੀ ਫੜਾਉਣ ਲਈ ਖੇਤ ਜਾਣਾ ਪੈਂਦਾ ਸੀ ਠੀਕ ਹੈ ਪਰ ਉਹਨਾਂ ਨੂੰ ਸੜਕ ਦੇ ਵਿੱਚੋਂ ਕਿਸੇ ਸਿਆਣੇ ਦੇ ਸਾਸ ਤੋਂ ਬਿਨਾਂ ਲੰਘਣ ਤੋਂ ਬਹੁਤ ਡਰ ਲੱਗਦਾ ਸੀ ਭਾਵ ਕਿ ਜਦੋਂ ਉਹ ਆਪਣੇ ਫਾਦਰ ਦੀ ਤੇ ਕਾਮੇ ਦੀ ਜਿਹੜੀ ਕਿ ਰੋਟੀ ਖੇਤ ਪੜਾਉਣ ਜਾਂਦੇ ਹੁੰਦੇ ਸੀ ਤਾਂ ਉਹਨਾਂ ਨੂੰ ਜੇ ਤਾਂ ਉਹਨਾਂ ਦੇ ਕੋਈ ਨਾਲ ਹੁੰਦਾ ਸੀ ਕੋਈ ਵੀ ਉੱਥੇ ਸੜਕ ਤੇ ਮਿਲ ਜਾਂਦਾ ਸੀ ਤਾਂ ਉਹਨਾਂ ਨੂੰ ਮਨ ਦੇ ਵਿੱਚ ਜਿਹੜੇ ਕਿ ਉਹਨਾਂ ਦਾ ਡਰ ਹੁੰਦਾ ਸੀ ਜਿਹੜਾ ਉਹ ਫਿਰ ਡਰ ਨਹੀਂ ਉਹਨਾਂ ਨੂੰ ਲੱਗਦਾ ਸੀ ਬਟ ਜੇ ਉਹ ਇਕੱਲੇ ਪਾਰ ਕਰਦੇ ਸੀ ਤਾਂ ਉਹਨਾਂ ਨੂੰ ਡਰ ਲੱਗਦਾ ਸੀ ਠੀਕ ਹੈ ਤਾਂ ਉਹ ਘਰ ਤੋਂ ਤਾਂ ਹੌਸਲਾ ਕਰਕੇ ਤੁਰ ਪੈਂਦੇ ਸੀ ਵੀ ਹਾਂ ਚਲੋ ਚੱਲਦੇ ਆਪਾਂ ਰੋਟੀ ਦੇਣ ਬਟ ਫਿਰ ਉਹਨਾਂ ਨੂੰ ਰਸਤੇ ਦੇ ਵਿੱਚ ਜਿਹੜੀ ਕਿ ਡਰ ਲੱਗਦਾ ਸੀ ਠੀਕ ਹੈ ਪਰ ਸੜਕ ਤੋਂ ਤਿੰਨ ਕੁ ਕੁਮਾ ਪਰ ਜਿਹੜੀ ਕਿ ਉਹ ਪਾਵਕੀ ਸੜਕ ਤੋਂ ਜਦੋਂ ਜਿਵੇਂ ਆ ਰਹੀ ਸੜਕ ਇੱਥੇ ਜੇ ਜਾ ਕੇ ਉਹ ਖੜੇ ਹੋ ਜਾਂਦੇ ਸੀ ਠੀਕ ਹੈ ਤੇ ਪਿੰਡ ਦੇ ਵੱਲੋਂ ਕੋਈ ਦੇਖਦੇ ਸੀ ਵੀ ਕਿ ਜੇ ਕੋਈ ਸਿਆਣਾ ਬੰਦਾ ਆ ਰਿਹਾ ਤਾਂ ਉਹਦੇ ਨਾਲ ਰਲ ਕੇ ਜਿਹੜੀ ਕਿ ਸੜਕ ਪਾਰ ਕਰ ਲੈਣਗੇ ਠੀਕ ਹੈ ਉਹ ਡੀ ਕਰ ਲੱਗ ਜਾਂਦੇ ਸੀ ਵੀ ਕਿਸੇ ਨਾ ਕਿਸੇ ਬੰਦੇ ਦੀ ਠੀਕ ਹੈ ਕਿਉਂਕਿ ਜਦੋਂ ਉਹਨਾਂ ਦੇ ਕੋਈ ਨਾਲ ਹੁੰਦਾ ਸੀ ਫਿਰ ਉਹਨਾਂ ਨੂੰ ਡਰ ਨਹੀਂ ਲੱਗਦਾ ਸੀ ਉਹ ਸੜਕ ਪਾਰ ਕਰਦੇ ਹੋਏ ਤੇ ਤੇ ਫਿਰ ਉਹਨਾਂ ਨੂੰ ਜਿਹੜੇ ਕਿ ਧਾਰਮਿਕ ਸਿੱਖਿਆ ਵੀ ਕੁਝ ਮਿਲੀ ਹੋਈ ਅਜੇ ਹੀ ਮਿਲੀ ਹੋਈ ਸੀ ਕਿ ਮਿਲ ਰਹੀ ਸੀ ਜਿਹਦੇ ਵਿੱਚ ਉਹਨਾਂ ਨੂੰ ਨਰਕਾਂ ਸੁਰਗਾਂ ਦੀਆਂ ਗੱਲਾਂ ਸੁਣ ਕੇ ਜਿਹੜੇ ਕਿ ਐਵੇਂ ਲੱਗਦਾ ਸੀ ਉਹਨਾਂ ਦੇ ਜਿਹੜੇ ਕਿ ਡਰ ਉਹਨਾਂ ਦੇ ਜਿਵੇਂ ਆਪਣੇ ਜਿਹੜੇ ਕਿ ਸੁਭਾਵਕ ਅੰਗ ਹੁੰਦੇ ਨੇ ਉਵੇਂ ਹੀ ਜਿਹੜੇ ਕਿ ਡਰ ਉਹਨਾਂ ਦਾ ਇੱਕ ਅੰਗ ਬਣ ਚੁੱਕਿਆ ਸੀ ਠੀਕ ਹੈ ਵੀ ਨਰਕਾਂ ਸੁਰਗਾਂ ਦੀ ਜਿਹੜੇ ਕਿ ਗੱਲਾਂ ਸੁਣਦੇ ਰਹਿੰਦੇ ਸੀ ਤਾਂ ਉਹ ਖੇਡ ਨੂੰ ਖੇਡਣ ਨੂੰ ਤਾਂ ਆਪਣਾ ਸਭ ਤੋਂ ਵੱਡਾ ਸਵਰਗ ਸਮਝਦੇ ਸੀ ਵੀ ਖੇਡਾਂ ਜਦੋਂ ਖੇਡਦੇ ਸੀ ਤਾਂ ਉਹਨੂੰ ਆਪਣਾ ਚੰਗਾ ਸਵਰਗ ਸਮਝਦੇ ਸੀ ਤੇ ਸਕੂਲ ਨੂੰ ਉਹ ਸਭ ਤੋਂ ਵੱਡਾ ਨਰਕ ਸਮਝਦੇ ਸੀ ਬੱਚੇ ਠੀਕ ਹੈ ਤੇ ਛੁੱਟੀ ਵਾਲੇ ਦਿਨ ਖੇਤ ਨੂੰ ਜਾਣਾ ਵੀ ਉਹਨਾਂ ਨੂੰ ਇੱਕ ਨਰਕ ਲੱਗਦਾ ਸੀ ਠੀਕ ਆ ਭਾਵੇਂ ਨਰਕ ਸਵਰਗ ਦੀਆਂ ਜਿਹੜੀ ਕਿ ਗੱਲਾਂ ਸੁਣਦੇ ਰਹਿੰਦੇ ਸੀ ਤਾਂ ਨਰਕ ਉਹਨਾਂ ਨੂੰ ਇੱਕ ਤਾਂ ਖੇਤ ਜਾਣਾ ਠੀਕ ਹੈ ਤੇ ਇੱਕ ਸਕੂਲ ਜਾਣਾ ਇਹ ਦੋਨੋਂ ਚੀਜ਼ਾਂ ਨਰਕ ਲੱਗਦੀਆਂ ਸੀ ਤੇ ਖੇਡਣਾ ਉਹਨਾਂ ਨੂੰ ਸਵਰਗ ਲੱਗਦਾ ਸੀ ਦੋਨਾਂ ਬੱਚਾ ਨੂੰ ਕਹਾਣੀ ਕਰਤੇ ਕਹਾਣੀ ਕਰਦੀ ਸਿਸਟਰ ਨੂੰ ਠੀਕ ਹੈ ਤਾਂ ਫਿਰ ਇੱਕ ਵਾਰ ਜਦੋਂ ਉਹ ਦੋਵੇਂ ਭੈਣ ਭਰਾ ਰੋਟੀ ਲੈ ਕੇ ਖੇਤ ਨੂੰ ਜਾ ਰਹੇ ਹੁੰਦੇ ਨੇ ਠੀਕ ਹੈ ਤਾਂ ਆਪਣੇ ਡਰ ਨੂੰ ਦਬਾਉਣ ਦੇ ਲਈ ਭੈਣ ਆਪਣੇ ਜਿਹੜੇ ਕਿ ਭਰਾ ਨੂੰ ਇੱਕ ਰਾਜੇ ਰਾਣੀ ਦੀ ਕਹਾਣੀ ਸੁਣਾਉਂਦੇ ਭਾਵ ਕਿ ਜਿਵੇਂ ਕੋਈ ਵੀ ਜਿਹੜੇ ਕਿ ਜਿਵੇਂ ਹੁਣ ਤੁਸੀਂ ਟੀਵੀ ਵਗੈਰਾ ਚ ਦੇਖਦੇ ਹੋ ਜਾਂ ਆਪਣੀ ਲਾਈਫ ਚ ਵੀ ਆਪਾਂ ਦੇਖਦੇ ਹਾਂ ਨੇ ਵੀ ਜਦੋਂ ਕੋਈ ਕਿਸੇ ਨੂੰ ਡਰ ਲੱਗਦਾ ਹੁੰਦਾ ਤਾਂ ਜਦੋਂ ਆਪਾਂ ਫਿਰ ਗੱਲਾਂ ਦੇ ਵਿੱਚ ਲੱਗ ਜਾਈਏ ਨਾ ਤਾਂ ਉਹ ਡਰ ਦੂਰ ਹੋ ਜਾਂਦਾ ਹਨਾ ਤਾਂ ਉਹਨਾਂ ਨੇ ਵੀ ਇਹੀ ਸਕੀਮ ਬਣਾਈ ਵੀ ਆਪਾਂ ਗੱਲਾਂ ਕਰਦੇ ਜਾਵਾਂਗੇ ਤਾਂ ਜਦੋਂ ਗੱਲਾਂ ਕਰਦੇ ਜਾਵਾਂਗੇ ਤਾਂ ਆਪਾਂ ਨੂੰ ਪਤਾ ਹੀ ਨਹੀਂ ਲੱਗੋਗਾ ਵੀ ਕਦੋਂ ਆਪਾਂਲੇ ਸੜਕ ਪਾਰ ਕਰ ਲਈ ਠੀਕ ਆ ਵੀ ਗੱਲਾਂ ਕਰਦੇ ਬੰਦੇ ਨੂੰ ਕੁਝ ਪਤਾ ਨਹੀਂ ਲੱਗਦਾ ਹੁੰਦਾ ਤਾਂ ਇਸੇ ਚੀਜ਼ ਨੂੰ ਆਪਣੇ ਡਰ ਨੂੰ ਜਿਹੜੇ ਕਿ ਦਬਕਾਉਣ ਦੇ ਲਈ ਤਾਂ ਜਿਹੜੇ ਕਿ ਭੈਣ ਆਪਣੇ ਭਰਾ ਨੂੰ ਜਿਹੜੀ ਕਿ ਕਿਉਂਕਿ ਕਹਾਣੀਕਾਰ ਛੋਟਾ ਹੁੰਦਾ ਭੈਣ ਵੱਡੀ ਹੁੰਦੀ ਹੈ ਤਾਂ ਉਹ ਕਹਾਣੀ ਸੁਣਾਉਣ ਲੱਗ ਪੈਂਦੀ ਹੈ ਪਰ ਕਹਾਣੀਕਾਰ ਦਾ ਜਿਹੜੇ ਕਿ ਮਨ ਮਨ ਡਰ ਕਰਕੇ ਕਹਾਣੀ ਸੁਣਨ ਦੇ ਵਿੱਚ ਨਹੀਂ ਲੱਗ ਰਿਹਾ ਕਿਉਂਕਿ ਉਹ ਤਾਂ ਡਰਿਆ ਹੋਇਆ ਤਾਂ ਫਿਰ ਉਹਨੂੰ ਉਹ ਕਹਾਣੀ ਸੁਣਨ ਦੇ ਵਿੱਚ ਇਹਦਾ ਮਨ ਨਹੀਂ ਲੱਗ ਰਿਹਾ ਤਾਂ ਭੈਣ ਜਿਹੜੀ ਕਿ ਉਹਦੀ ਕਹਾਣੀ ਸੁਣਾ ਰਹੀ ਸੀ ਕਿ ਇੱਕ ਵੀ ਰਾਜਾ ਤੇ ਰਾਣੀ ਸੀ ਠੀਕ ਹੈ ਰਾਣੀ ਦੇ ਦੋ ਪੁੱਤਰ ਸਨ ਤੇ ਜਦੋਂ ਰਾਣੀ ਮਰਨ ਲੱਗੀ ਤਾਂ ਉਹਨੇ ਰਾਜੇ ਤੋਂ ਇਕਰਾਰ ਮੰਗਿਆ ਵਾਅਦਾ ਮੰਗਿਆ ਕਿ ਉਹਦੇ ਮਰਨ ਦੇ ਮਗਰ ਉਹ ਦੂਜਾ ਵਿਆਹ ਨਾ ਕਰਵਾਵੇ ਕਿਉਂਕਿ ਮਤ੍ਰਈ ਮਾਂ ਉਹਦੇ ਜਿਹੜੇ ਕਿ ਪੁੱਤਰ ਨੂੰ ਸੁੱਖ ਨਹੀਂ ਦੇਊਗੀ ਭਾਵ ਕਿ ਇਹ ਕਹਾਣੀ ਕੌਣ ਸੁਣਾ ਰਿਆ ਸੀ ਕਹਾਣੀਕਾਰ ਦੀ ਸਿਸਟਰ ਸੁਣਾ ਰਹੀ ਸੀ ਜਿਹੜੇ ਕਿ ਕਹਾਣੀਕਾਰ ਨੂੰ ਠੀਕ ਹੈ ਜਿਹੜਾ ਜਦੋਂ ਉਹ ਛੋਟੇ ਬੱਚੇ ਸੀ ਵੀ ਰਾਜੇ ਰਾਣੀ ਦੀ ਕਹਾਣੀ ਸੁਣਾਉਂਦੇ ਵੀ ਰਾਜੇ ਰਾਣੀ ਸੀ ਠੀਕ ਹੈ ਰਾਣੀ ਦੇ ਦੋ ਪੁੱਤਰ ਸੀ ਤਾਂ ਜਦੋਂ ਰਾਣੀ ਮਰਨ ਲੱਗੀ ਤਾਂ ਉਹਨੇ ਰਾਜੇ ਤੋਂ ਵਾਅਦਾ ਮੰਗਿਆ ਕਿ ਉਹਦੇ ਮਰਨ ਦੇ ਮਗਰੋਂ ਵਿਆਹ ਨਾ ਕਰਵਾਵੇ ਕਿਉਂਕਿ ਨਹੀਂ ਫਿਰ ਉਹਦੇ ਮਤ੍ਰਈ ਮਾਂ ਨੇ ਉਹਨਾਂ ਦੇ ਪੁੱਤਰਾਂ ਨੂੰ ਜਿਹੜੇ ਕਿ ਸੁੱਖ ਨਹੀਂ ਦੇਊਗੀ ਤਾਂ ਰਾਜੇ ਨੇ ਇਹ ਵਾਅਦਾ ਕੀਤਾ ਇਕਰਾਰ ਭਾਵ ਕੀ ਵਾਅਦਾ ਪਰ ਛੇਤੀ ਪਿੱਛੋਂ ਉਹਨਾਂ ਨੇ ਜਿਹੜੇ ਕਿ ਦੂਜਾ ਵਿਆਹ ਕਰਾ ਲ ਤਾ ਹਜੇ ਇਹ ਕਹਾਣੀ ਚੱਲ ਰਹੀ ਸੀ ਭਵਕੀ ਹੋਜੇ ਕਹਾਣੀ ਸੁਣਾਏ ਰਹੀ ਸੀ ਨਾਲ ਦੀ ਨਾਲ ਦੋਹਾਂ ਦੇ ਮਨਾਂ ਦੇ ਵਿੱਚ ਸੜਕ ਪਾਰ ਕਰਨ ਦਾ ਭੈ ਖਾ ਰਿਹਾ ਸੀ ਭਵਕੀ ਜਿਹੜੀ ਉਹ ਸੜਕ ਪਾਰ ਕਰ ਰਹੀ ਸੀ ਬੇਸ਼ੱਕ ਉਹ ਕਹਾਣੀ ਸੁਣਦੇ ਤੇ ਸੁਣਾਉਂਦੇ ਜਾ ਰਹੇ ਸੀ ਪਰ ਫਿਰ ਵੀ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਕਿ ਸਲਕ ਨੂੰ ਸੜਕ ਨੂੰ ਪਾਰ ਕਰਨ ਦਾ ਜਿਹੜਾ ਡਰ ਸੀ ਉਹ ਲੱਗ ਰਿਹਾ ਸੀ ਤੇ ਦੋਹਾਂ ਨੂੰ ਪਿਛਲੇ ਮੋੜ ਤੋਂ ਆਉਂਦਾ ਇੱਕ ਆਦਮੀ ਦਿਖਿਆ ਠੀਕ ਹੈ ਵੀ ਦੋਹਾਂ ਨੂੰ ਪਿਛਲੇ ਮੋੜ ਤੋਂ ਇੱਕ ਆਉਂਦਾ ਇੱਕ ਆਦਮੀ ਦਿਖਿਆ ਉਹ ਸੜਕ ਤੇ ਤਾਂ ਉਹਨਾਂ ਦਾ ਉਹਨਾਂ ਸੁੱਖ ਦਾ ਸਾਹ ਲਿਆ ਉਹਨਾਂ ਨੂੰ ਐ ਲੱਗਿਆ ਵੀ ਹਾਂ ਠੀਕ ਆ ਜਿਵੇਂ ਉਹ ਕਿਉਂਕਿ ਪਿੰਡ ਜਦੋਂ ਸੜਕ ਪਾਰ ਕਰਨ ਲੱਗਦੇ ਹੁੰਦੇ ਸੀ ਤਾਂ ਥੋੜੀ ਜਿਹੀ ਦੂਰੀ ਤੇ ਹੀ ਖੜ੍ਹ ਜਾਂਦੇ ਸੀ ਵੀ ਸ਼ਾਇਦ ਕੋਈ ਪਿੰਡ ਤੋਂ ਆਵੇ ਤਾਂ ਉਹਨਾਂ ਦੇ ਨਾਲ ਅਸ ਰਲ ਕੇ ਜਿਹੜੀ ਕੋਈ ਸੜਕ ਪਾਰ ਕਰ ਲਾਂਗੇ ਠੀਕ ਹੈ ਤਾਂ ਉਹਨਾਂ ਨੂੰ ਥੋੜਾ ਜਿਹਾ ਸੁੱਖ ਦਾ ਸਾਹ ਲਾਇਆ ਵੀ ਹਾਂ ਕੋਈ ਆ ਰਿਹਾ ਵੀ ਉਹ ਸੋਚ ਰਹੇ ਸੀ ਕਿ ਇਹਨੂੰ ਨਾਲ ਰਲਾ ਕੇ ਉਹ ਦੋਵੇਂ ਖੜੇ ਹੋ ਗਏ ਵੀ ਉਹਨੂੰ ਨਾਲ ਰਲਾ ਕੇ ਜਿਹੜੇ ਕਿ ਉਧਰਲੀ ਸਾਈਡ ਚਲੇ ਜਾਵਾਂਗੇ ਸੜਕ ਨੂੰ ਪਾਰ ਕਰ ਲਾਂਗੇ ਠੀਕ ਹੈ ਬਟ ਪਰ ਉਹ ਜਿਹੜਾ ਆਦਮੀ ਦੂਰੋਂ ਆ ਰਿਹਾ ਸੀ ਉਹ ਦੂਜੇ ਪਾਸੇ ਚਲਾ ਜਾਂਦਾ ਤਾਂ ਫਿਰ ਤੋਂ ਇਕੱਲੇ ਤਾਂ ਫਿਰ ਦੋਹਾਂ ਦਾ ਖਿਆਲ ਆਉਂਦਾ ਕਿ ਉਹ ਜਿਹੜੇ ਕਿ ਬਾਦ ਦੁਰਜੇਵੇਂ ਦੇ ਵਿੱਚ ਸੜਕ ਪਾਰ ਕਰਨ ਜਾਣਗੇ ਅ ਪਰ ਜਦੋਂ ਸੜਕ ਤੋਂ ਕੁਮਾਉਕੂ ਔਰੇ ਰਹਿ ਗਏ ਤਾਂ ਉਹ ਡਰ ਕੇ ਖਲੋਗੇ ਤੇ ਨਾਲ ਹੀ ਉਹਨਾਂ ਦੀ ਕਹਾਣੀ ਵੀ ਖਲੋਗੀ ਭਾਵ ਕਿ ਫਿਰ ਉਹਨਾਂ ਨੂੰ ਲੱਗਿਆ ਕਿ ਆਪਾਂ ਗੱਲਾਂ ਦੇ ਵਿੱਚ ਹੀ ਚੱਲਦੇ ਆ ਗੱਲਾਂ ਦੇ ਵਿੱਚ ਚੱਲ ਕੇ ਸੜਕ ਪਾਰ ਕਰਦੇ ਆ ਬਟ ਸੜਕ ਤੋਂ ਜਿਹੜੇ ਕਿ ਕੁਮਾਕੇ ਔਰੇ ਜ ਮਤਲਬ ਕਿ ਥੋੜਾ ਜਿਹਾ ਔਰਾ ਹੀ ਉਹ ਡਰ ਕੇ ਖੜ ਗਏ ਤੇ ਜਦੋਂ ਜਿਹੜੀ ਜਿਹੜੀ ਉਹ ਕਹਾਣੀ ਸੁਣਾ ਰਹੀ ਸੀ ਉਹ ਵੀ ਉਹ ਚੁੱਪ ਕਰ ਗਏ ਠੀਕ ਹੈ ਤਾਂ 10-20 ਕਦਮ ਉਹਨਾਂ ਨੇ ਫਿਰ ਹੋਰ ਪੱਟੇ ਪਰ ਉਹਨਾਂ ਨੇ ਦੇਖਿਆ ਕਿ ਸੜਕ ਦੇ ਇੱਕ ਪਾਸੇ ਕਾਲੇ ਸੂਫ ਦੀ ਬਾਸਕਟ ਤੇ ਪਠਾਨਾਂ ਵਰਗੀ ਸਲਵਾਰ ਵਾਲਾ ਇੱਕ ਆਦਮੀ ਲੰਬਾ ਪਿਆ ਸੀ ਤਾਂ ਉਹਨਾਂ ਨੇ ਕੀ ਦੇਖਿਆ ਵੀ ਜਿਹੜਾ ਉਹ ਸੜਕ ਪਾਰ ਕਰਨੀ ਸੀ ਜਦੋਂ ਠੀਕ ਹੈ ਉੱਥੇ ਸੜਕ ਤੇ ਕੀ ਦੇਖਿਆ ਉਹਨਾਂ ਨੇ ਵੀ ਇੱਕ ਸੜਕ ਦੇ ਇੱਕ ਪਾਸੇ ਤੇ ਕਾਲੇ ਸੂਫ ਦੀ ਜਿਹੜੀ ਕਿ ਉਹਨੇ ਬਾਸਕਟ ਪਾਈ ਹੋਈ ਆ ਬਾਸਕਟ ਕਿਹੜੀ ਸੀ ਕਾਲੇ ਸੂਫ ਦੀ ਠੀਕ ਹੈ ਤੇ ਪਠਾਨਾਂ ਵਰਗੀ ਉਹ ਆਦਮੀ ਨੇ ਸਲਵਾਰ ਪਾਈ ਹੋਈ ਆ ਲੰਬਾ ਪਿਆ ਸੀ ਤਾਂ ਉਹਨਾਂ ਨੇ ਪਾਸਾ ਪਰਤੇ ਤਾਂ ਦੋਵੇਂ ਡਰ ਗਏ ਭਾਬੀ ਉਹ ਇਧਰ ਨੂੰ ਜਾ ਰਹੀ ਸੀ ਤਾਂ ਉਹਨਾਂ ਨੇ ਇਧਰ ਨੂੰ ਮੁ ਕਰ ਲਿਆ ਤਾਂ ਦੋਨੇ ਡਰ ਗਏ ਠੀਕ ਹੈ ਤਾਂ ਉਹਨਾਂ ਨੇ ਸਮਝਿਆ ਵੀ ਇਹ ਇਹਨਾਂ ਨੂੰ ਫੜ ਲੂਗਾ ਕਿਉਂਕਿ ਉਹ ਸੜਕ ਤੇ ਜਿਹੜੇ ਕਿ ਆਪਾਂ ਨੇ ਦੇਖਿਆ ਸੀ ਵੀ ਕਿਹੜੇ-ਕਿਹੜੇ ਜਾਂਦੇ ਸੀ ਪਠਾਨ ਜੰਗਲੀ ਤੇ ਰਾਸ਼ੀ ਠੀਕ ਹੈ ਲੰਘਦੇ ਹੁੰਦੇ ਸੀ ਤਾਂ ਉਹ ਡਰ ਗਏ ਵੀ ਕਿਤੇ ਸਾਨੂੰ ਇਹ ਜਿਹੜੇ ਕਿ ਫੜ ਨਾ ਲਵੇ ਠੀਕ ਹੈ ਤਾਂ ਦੋਹਾਂ ਨੇ ਫਿਰ ਸੁਣ ਇਹ ਵੀ ਸੁਣਿਆ ਹੋਇਆ ਸੀ ਕਿ ਵੀ ਜੇ ਡਰ ਲੱਗੇ ਤਾਂ ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ ਠੀਕ ਹੈ ਤਾਂ ਵਾਹਿਗੁਰੂ ਦਾ ਜਦੋਂ ਨਾਮ ਲੈਂਦੇ ਆ ਤਾਂ ਜਿਹੜੇ ਕਿ ਡਰ ਹਟ ਜਾਂਦਾ ਤਾਂ ਦੋਨਾਂ ਨੇ ਫਿਰ ਵਾਹਿਗੁਰੂ ਦਾ ਨਾਮ ਲੈਣ ਬਾਰੇ ਸੋਚਿਆ ਪਰ ਕਹਾਣੀਕਾਰ ਦੀ ਭੈਣ ਨੇ ਕਿਹਾ ਕਿ ਵਾਹਿਗੁਰੂ ਤਾਂ ਪੂਤ ਡਰਦੇ ਨੇ ਆਦਮੀ ਨਹੀਂ ਠੀਕ ਹੈ ਤਾਂ ਕਹਾਣੀਕਾਰ ਦੀ ਭੈਣ ਨੇ ਕਿਹਾ ਵੀ ਜਦੋਂ ਜੇ ਆਪਾਂ ਨੂੰ ਪੂਤਾਂ ਤੋਂ ਡਰ ਲੱਗ ਰਿਹਾ ਤਾਂ ਆਪਾਂ ਵਾਹਿਗੁਰੂ ਦਾ ਨਾਮ ਲੰਨੇ ਤਾਂ ਫਿਰ ਪੂਤ ਡਰ ਜਾਂਦੇ ਨੇ ਪਰ ਆਦਮੀ ਨਹੀਂ ਡਰਦੇ ਹੈਗੇ ਠੀਕ ਹੈ ਵੀ ਇਹ ਤਾਂ ਆਦਮੀ ਹੈ ਜਿਹੜਾ ਇੱਥੇ ਪਿਆ ਤਾਂ ਫਿਰ 5-7 ਮਿੰਟ ਜਿਹੜੇ ਕਿ ਦੋਵੇਂ ਸਹਿਮ ਕੇ ਖੜੇ ਹੋ ਜਾਂਦੇ ਨੇ ਵੀ ਦੋਨੇ ਡਰ ਜਾਂਦੇ ਨੇ ਠੀਕ ਹੈ ਫਿਰ ਉਹਨਾਂ ਨੂੰ ਹਜੇ ਉਹਨਾਂ ਨੂੰ ਇਹ ਵੀ ਉਮੀਦ ਸੀ ਹਜੇ ਕਿ ਇਸ ਰਾਸ਼ੇ ਨੂੰ ਡਰਾਉਣ ਵਾਲਾ ਕੋਈ ਆਦਮੀ ਉਹਨਾਂ ਦੇ ਕੋਲ ਆ ਕੇ ਰਲੇਗਾ ਪਰ ਉਹਨਾਂ ਦੀ ਇਹ ਜਿਹੜੀ ਕਿ ਉਮੀਦ ਪੂਰੀ ਨਹੀਂ ਸੀ ਦਿਖਾਈ ਦੇ ਰਿਹਾ ਭਾਵ ਕਿ ਫਿਰ ਉਹਨਾਂ ਨੂੰ 5-7 ਮਿੰਟ ਤੋ ਡਰੇ ਰਹੇ ਰਹੇ ਪਰ ਫਿਰ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਉਂਦਾ ਵੀ ਕੋਈ ਨਾ ਕੋਈ ਆਦਮੀ ਤਾਂ ਆਊਗਾ ਜਿਹੜਾ ਇਸ ਰਾਸ਼ੇ ਨੂੰ ਠੀਕ ਹੈ ਵੀ ਡਰਾਊਗਾ ਠੀਕ ਹੈ ਮਤਲਬ ਕਿ ਆਪਣੇ ਮਨ ਦੇ ਵਿੱਚ ਸੋਚ ਲੱਗਦੀ ਮੈਂ ਆਪਾਂ ਸੋਚਣ ਲੱਗ ਜਾਈ ਨੂੰ ਵੀ ਸ਼ਾਇਦ ਕੋਈ ਤਾਂ ਆਊਗਾ ਜਿਹੜਾ ਸਾਡੀ ਮਦਦ ਕਰੂਗਾ ਠੀਕ ਹੈ ਐਮ ਜੋ ਸੋਚ ਰਹੇ ਸੀ ਵੀ ਕੋਈ ਤਾਂ ਆਊਗਾ ਸਾਡੀ ਮਦਦ ਕਰੂਗਾ ਤੇ ਇਸ ਰਾਸ਼ੇ ਨੂੰ ਜਿਹੜੇ ਕਿ ਪਰਾਂ ਕਰ ਦੂਗਾ ਫਿਰ ਫਿਰ ਕੁਛ ਮਿੰਟ ਦੇ ਬਾਅਦ ਜਿਹੜੇ ਕਹਾਣੀਕਾਰ ਕਹਾਣੀਕਾਰਾ ਜਿਹੜਾ ਉਹ ਰੋਣ ਲੱਗ ਜਾਂਦਾ ਉਹ ਰੋਣ ਲੱਗ ਪਿਆ ਤਾਂ ਉਹਦੀ ਭੈਣ ਨੇ ਉਹਦੇ ਅਥਰੂ ਪੂੰਝਦੇ ਆ ਫਿਰ ਉਹਨੂੰ ਦਿਲਾਸਾ ਦਿੱਤਾ ਭਾਬੀ ਕਿ ਉਹਨੂੰ ਚੱਪਾ ਕਰਾਉਂਦੇ ਹੋਏ ਉਹਨੂੰ ਹੌਸਲਾ ਦਿੱਤਾ ਫਿਰ ਕੁਛ ਕਦਮ ਉਹਨਾਂ ਨੇ ਅੱਗੇ ਤੁਰੇ ਫਿਰ ਖੜੇ ਹੋ ਗਏ ਤਾਂ ਫਿਰ ਅੰਤ ਫੈਨੇ ਕੁਝ ਵਿਚਾਰ ਮਗਰੋਂ ਇਹ ਕਿਹਾ ਕਿ ਆਪਾਂ ਕਹਾਂਗੇ ਅਸੀਂ ਤਾਂ ਪੇਮੀ ਦੇ ਨਿਆਣੇ ਆ ਸਾਨੂੰ ਨਾ ਫੜ ਠੀਕ ਹੈ ਫਿਰ ਉਹਨਾਂ ਨੇ ਇੱਕ ਇਹ ਬਣਾ ਲਈ ਸਟੋ ਉਹ ਠੀਕ ਹੈ ਆਪਣੇ ਕੋਲ ਵੀ ਅਸੀਂ ਤਾਨੂੰ ਐ ਕਹਦਾਂਗੇ ਵੀ ਇਸ ਤਾਂ ਪੇਮੀ ਦੇ ਨਿਆਣੇ ਆ ਸਾਨੂੰ ਨਾ ਫੜੇ ਜਿਵੇਂ ਆਪਾਂ ਕਹਿਦੇ ਨੇ ਵੀ ਅਸੀਂ ਤਾਂ ਉਹਨੂੰ ਆ ਸਾਨੂੰ ਨਾ ਫੜੇ ਠੀਕ ਹੈ ਐਵੇਂ ਉਹਨਾਂ ਨੇ ਇਹ ਬਣਾ ਲਈ ਠੀਕ ਹੈ ਵੀ ਅਸੀਂ ਉਹਨੂੰ ਐ ਕਹਦਾਂਗੇ ਵੀ ਜੇ ਉਹ ਸਾਨੂੰ ਫੜਨ ਲੱਗਿਆ ਅਸੀਂ ਕਹਾਂਗੇ ਇਸ ਤਾਂ ਪੇਮੀ ਦੇ ਨਿਆਣੇ ਆ ਸਾਨੂੰ ਨਾ ਫੜੇ ਤਾਂ ਕਹਾਣੀਕਾਰ ਨੂੰ ਆਪਣੀ ਭੈਣ ਖੁਦ ਪੇਮੀ ਬਣੀ ਹੋਈ ਦਿਖਾਈ ਦਿੱਤੀ ਤੇ ਉਹਦੇ ਮਨ ਨੂੰ ਹੌਸਲਾ ਹੋਇਆ ਕਿ ਰਾਸ਼ੇ ਨੂੰ ਜਦੋਂ ਪਤਾ ਲੱਗੂਗਾ ਕਿ ਅਸੀਂ ਪੇਮੀ ਦੇ ਨਿਆਣੇ ਆ ਤਾਂ ਉਹ ਸਾਨੂੰ ਕੁਝ ਨਹੀਂ ਕਹੂਗਾ ਪਰ ਕਹਾਣੀ ਕਰਨ ਨੂੰ ਵੀ ਯਕੀਨ ਹੋ ਗਿਆ ਠੀਕ ਹੈ ਤਾਂ ਅੰਤ ਉਹ ਪੇਮੀ ਦਾ ਨਾਂ ਲੈ ਕੇ ਸੜਕੀ ਸੜਕ ਪਾਰ ਕਰ ਗਏ ਤੇ ਰਾਸ਼ਾ ਉਸੇ ਤਰ੍ਹਾਂ ਉੱਥੇ ਪਿਆ ਰਿਹਾ ਠੀਕ ਹੈ ਇਹ ਕਹਾਣੀ ਹੈ ਸੋ ਆਈ ਹੁਪ ਤੁਹਾਨੂੰ ਕਹਾਣੀ ਦੀ ਜਿਹੜੀ ਕਿ ਸਟੋਰੀ ਸਾਰੇ ਸਮਝ ਲੱਗ ਗਈ ਹੋਣੀ ਵੀ ਕਿਵੇਂ ਜਿਹੜੇ ਕਿ ਦੋ ਬੱਚੇ ਜਦੋਂ ਕਹਾਣੀ ਪਾਰ ਕਰਦੇ ਨੇ ਤਾਂ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਡਰ ਪੈਦਾ ਹੁੰਦਾ ਫਿਰ ਉਹ ਕੀ ਕੀ ਸਕੀਮਾਂ ਲਗਾਉਂਦੇ ਨੇ ਉਹ ਇਸ ਕਹਾਣੀ ਦੇ ਵਿੱਚ ਦੱਸਿਆ ਹੋਇਆ ਠੀਕ ਹੈ ਬਹੁਤ ਹੀ ਈਜ਼ੀ ਆ ਹਾਂਜੀ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਆਪਾਂ ਅੱਗੇ ਰਾਸਲੀਲਾ ਕਹਾਣੀ ਦਾ ਵਿਸ਼ਾ ਵਸਤੂ ਕਰਾਂਗੇ ਰਾਸਲੀਲਾ ਕਹਾਣੀ ਜਿਹੜੀ ਕੀ ਹੈਗੀ ਹੈ ਇਹ ਸੁਜਾਨ ਸਿੰਘ ਦੀ ਠੀਕ ਹੈ ਹਾਂਜੀ ਰਾਸਲੀਲਾ ਕਹਾਣੀ ਦੇ ਵਿੱਚ ਮੁੱਖ ਪਾਤਰ ਜਿਹੜਾ ਕਹਾਣੀਕਾਰ ਖੁਦ ਹੈ ਤਾਂ ਕਹਾਣੀਕਾਰ ਦਾ ਕੀ ਨਾਂ ਹੈ ਦੇ ਵਿੱਚ ਕ੍ਰਿਸ਼ਨ ਚੰਦਰ ਠੀਕ ਹੈ ਕ੍ਰਿਸ਼ਨ ਚੰਦਰ ਕਹਾਣੀਕਾਰ ਦਾ ਨਾਂ ਹੈ ਇਸ ਦੇ ਵਿੱਚ ਵੀ ਮੁੱਖ ਪਾਤਰ ਕਹਾਣੀਕਾਰ ਖੁਦ ਹੀ ਹੈ ਤੇ ਇਹ ਕਹਾਣੀਕਾਰ ਇਸ ਕਹਾਣੀ ਦੇ ਵਿੱਚ ਉੱਤਮਪੁਰਖ ਦੇ ਵੱਜੋਂ ਇਹ ਕਹਾਣੀ ਲਿਖਦਾ ਤੇ ਇਸ ਦੇ ਵਿੱਚ ਹੋਰ ਪਾਤਰ ਨੇ ਰਾਮਪਿਆਰੀ ਰਾਮਪਿਆਰੀ ਜਿਹਨੂੰ ਰਾਧਾ ਠੀਕ ਹੈ ਵੀ ਰਾਧਾ ਦੀ ਤਰ੍ਹਾਂ ਜਿਹੜੀ ਕਿ ਉਹ ਕਹਾਣੀਕਾਰ ਨੂੰ ਪਿਆਰ ਕਰਨ ਲੱਗਦੀ ਹੈ ਕ੍ਰਿਸ਼ਨ ਜੰਦਰ ਨੂੰ ਠੀਕ ਹੈ ਰਾਧਾ ਦੀ ਤਰ੍ਹਾਂ ਰਾਮਪਿਆਰੀ ਜਿਹੜੀ ਕਿ ਬੰਗਾਲਨ ਸੀ ਤੇ ਬੁੱਢਾ ਵਪਾਰੀ ਜਿਹਦੇ ਨਾਲ ਰਾਮਪਿਆਰੀ ਦਾ ਜਿਹੜੀ ਕਿ ਵਿਆਹ ਹੋਇਆ ਸੀ ਉਹਦੀ ਉਮਰ ਤੋਂ ਉਹ ਬਹੁਤ ਵੱਡਾ ਸੀ ਇਹ 60 65 ਸਾਲਾਂ ਦਾ ਸੀ ਠੀਕ ਹੈ ਤੇ ਕਹਾਣੀਕਾਰ ਇਸ ਬੁੱਢੇ ਵਪਾਰੀ ਨੂੰ ਜਿਹੜੇ ਕਿ ਉਸ ਨੂੰ ਬਾਬਾ ਸਾਦਾ ਸੀ ਤੇ ਤੇ ਉਹਨੇ ਉਹਨੂੰ ਬਟੋ ਕਿਹਾ ਕਹਿੰਦਾ ਸੀ ਕਿ ਉਹ ਉਹਨੂੰ ਚਾਚਾ ਕਿਹਾ ਕਰੇ ਠੀਕ ਹੈ ਇੱਕ ਸੀ ਛਾਈ ਛਾਈ ਕਹਾਣੀਕਾਰ ਦੀ ਜਿਹੜੀ ਕਿ ਛਾਈ ਸੀ ਭਾਵਕੀ ਮਦਰ ਠੀਕ ਹੈ ਹਾਂਜੀ ਹੁਣ ਆਪਾਂ ਇਹਦੇ ਵਿੱਚ ਵਿਸ਼ਾ ਵਸਤੂ ਕਰਦੇ ਵੀ ਕਿਵੇਂ ਆ ਇਹਦੇ ਵਿੱਚ ਜਿਹੜਾ ਕ੍ਰਿਸ਼ਨ ਚੰਦਰ ਹੈ ਉਹ ਕਹਾਣੀਕਾਰ ਆ ਤੇ ਰਾਮ ਪਿਆਰੀ ਜਿਹੜੀ ਕਿ ਉਹ ਇੱਕ ਬੁੱਢੇ ਦੇ ਨਾਲ ਵਿਆਹੀ ਜਾਂਦੀ ਆ ਬਟ ਉਹਦੇ ਮਨ ਦੇ ਵਿੱਚ ਆ ਜਿਹੜੇ ਕਿ ਜਿਹੜੇ ਰੁਚੀਆਂ ਹੁੰਦੀਆਂ ਨੇ ਉਹ ਕੰਪਲੀਟ ਨਹੀਂ ਹੁੰਦੀਆਂ ਤਾਂ ਕਰਕੇ ਉਹ ਜਿਹੜੇ ਕਿ ਕਹਾਣੀਕਾਰ ਜਿਹੜਾ ਉਹ ਤੋਂ ਛੋਟਾ ਹੁੰਦਾ ਠੀਕ ਹੈ ਉਹਨੂੰ ਜਿਹੜੇ ਕਿ ਇੱਕ ਕ੍ਰਿਸ਼ਨ ਦੀ ਤਰ੍ਹਾਂ ਉਹਨੂੰ ਪਿਆਰ ਕਰਨ ਲੱਗਦੀ ਆ ਠੀਕ ਹੈ ਕ੍ਰਿਸ਼ਨ ਮੰਨ ਕੇ ਤੇ ਆਪ ਰਾਧਾ ਦੀ ਤਰ੍ਹਾਂ ਜਿਹੜੀ ਕਿ ਉਹਨੂੰ ਪਿਆਰ ਕਰਦੀ ਆ ਤੇ ਉਹਨੂੰ ਸਜਾਉਂਦੀ ਆ ਉਹਦੇ ਨਾਲ ਜਿਹੜੇ ਕਿ ਉਹ ਉਹਨੂੰ ਪਿਆਰ ਨਾਲ ਖੜ੍ਹਾਉਂਦੀ ਆ ਇਹ ਸਾਰੀਆਂ ਭਾਵ ਕੀ ਉਹਨੂੰ ਪਿਆਰ ਦੇ ਨਾਲ ਬੁਲਾਉਂਦੀ ਆ ਉਹਦੇ ਨਾਲ ਜਿਹੜੇ ਕਿ ਉਹਨੂੰ ਆਪਣੇ ਬਾਹਾਂ ਦੇ ਵਿੱਚ ਲੰੰਦੀ ਆ ਇਹ ਸਾਰੇ ਚੀਜ਼ ਇਸ ਕਹਾਣੀ ਦੇ ਵਿੱਚ ਜਿਹੜੇ ਕਿ ਵਰਣਨ ਕੀਤਾ ਹੋਇਆ ਹਾਂਜੀ ਹੁਣ ਆਪਾਂ ਕਰਦੇ ਹਾਂ ਦਾ ਜਿਹੜੇ ਕਿ ਵਿਸ਼ਾ ਵਸਤੂ ਹਾਂਜੀ ਰਾਸਲੀਲਾ ਕਹਾਣੀ ਜਿਹੜੀ ਕਿ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸੁਜਾਨ ਸਿੰਘ ਦੀ ਆ ਠੀਕ ਹੈ ਸੁਜਾਨ ਸਿੰਘ ਦੀ ਇਹ ਕਹਾਣੀ ਬਹੁਤ ਹੀ ਸੁਆਦਲੀ ਤੇ ਦਿਲਚਸਪ ਕਹਾਣੀ ਹੈ ਤੇ ਇਸ ਕਹਾਣੀ ਵਿੱਚ ਤੇ ਇਸ ਕਹਾਣੀ ਦਾ ਜਿਹੜੇ ਕਿ ਵਿਸ਼ਾ ਮਨੁੱਖ ਦੇ ਮਨ ਦੇ ਵਿੱਚ ਜਿਹੜਾ ਬਚਪਨ ਤੋਂ ਹੀ ਜਿਹੜੀ ਕਿ ਕਾਮ ਰੂਚੀਆਂ ਜਿਹੜੇ ਕਿ ਉਹ ਨਿਵਾਸ ਕਰਦੀਆਂ ਨੇ ਤੇ ਉਹਨਾਂ ਦੀ ਤ੍ਰਿਪਤੀ ਤੇ ਫਿਰ ਉਹਨਾਂ ਦੀ ਜਦੋਂ ਸੰਤੁਸ਼ਟੀ ਨਹੀਂ ਹੁੰਦੀ ਠੀਕ ਹੈ ਫਿਰ ਉਹਨਾਂ ਦਾ ਜਿਹੜੇ ਕਿ ਉਹਨਾਂ ਰੂਚੀਆਂ ਦਾ ਧਾਰਮਿਕ ਰੂਚੀ ਦੇ ਵਿੱਚ ਬਦਲ ਜਾਣਾ ਉਹ ਇਸ ਦੇ ਵਿੱਚ ਦੱਸਿਆ ਹੋਇਆ ਉਹ ਇਹਦਾ ਵਿਸ਼ਾ ਵਸਤੂ ਹੈ ਠੀਕ ਹੈ ਪਰ ਇਹਦੇ ਨਾਲ ਹੀ ਕਹਾਣੀਕਾਰਾ ਜਿਹੜੇ ਕਿ ਸਾਡੇ ਸਮਾਜ ਦੇ ਵਿੱਚ ਵੀ ਕਿਵੇਂ ਇਸਤਰੀਆਂ ਨੂੰ ਜਿਹੜੇ ਕਿ ਕਰੋਨਾਮਈ ਦਸ਼ਾ ਦੇ ਨਾਲ ਆ ਜਿਹੜੇ ਕਿ ਦੇਖਿਆ ਜਾਂਦਾ ਉਹ ਸਾਰੇ ਦੇ ਵਿੱਚ ਪੇਸ਼ ਕੀਤਾ ਹੋਇਆ ਵੀ ਜਿਸ ਜਿਵੇਂ ਜਿਹਦੇ ਇਸ ਵੇਲੇ ਜਿਹੜੇ ਕਿ ਕਾਮ ਰੂਚੀ ਦੀ ਸੰਤੁਸ਼ਟੀ ਲਈ ਜਿਹੜੇ ਕਿ ਉਹਨਾਂ ਦਾ ਚੁੱਕਿਆ ਕਦਮ ਧਾਰਮਿਕ ਕਦਮ ਵੀ ਜਿਹੜੇ ਕਿ ਸਮਾਜ ਬਰਦਾਸ਼ਤ ਨਹੀਂ ਕਰਦਾ ਤੇ ਕਹਾਣੀ ਦੇ ਵਿੱਚ ਅਸੀਂ ਦੇਖੀਏ ਕਿ ਰਾਮਪਿਆਰੀ 60 65 ਸਾਲਾਂ ਦੇ ਇੱਕ ਵਪਾਰੀ ਦੇ ਨਾਲ ਵਿਆਹੀ ਜਾਂਦੀ ਆ ਰਾਮਪਿਆਰੀ ਜਿਹੜੀ ਬੰਗਾਲਣ ਸੀ ਠੀਕ ਹੈ ਤੇ ਇਹ ਉਹਨੂੰ ਜਿਹੜੇ ਕਿ ਲੈ ਕੇ ਆਇਆ ਸੀ ਜਿਹਨੂੰ ਕਹਾਣੀ ਦੇ ਵਿੱਚ ਜਿਹੜੇ ਕਿ ਕਹਾਣੀਕਾਰ ਤਾਂ ਉਹਨੂੰ ਬਾਬਾ ਦੱਸਦਾ ਪਰ ਉਹ ਕਹਿੰਦਾ ਹੁੰਦਾ ਕਿ ਮੈਨੂੰ ਚਾਚਾ ਕਿਹਾ ਕਰੇ ਠੀਕ ਹੈ ਵਪਾਰੀ ਸੀ ਜਿਹੜਾ 60-65 ਸਾਲਾਂ ਦਾ ਸੀ ਉਹ ਇਸ ਬੰਗਾਲੋ ਨੂੰ ਲੈ ਕੇ ਆਏ ਸੀ ਰਾਮ ਪਿਆਰੀ ਨੂੰ ਜਿਹੜੀ ਕਿ ਬਹੁਤ ਜ਼ਿਆਦਾ ਸੋਹਣੀ ਸੀ ਠੀਕ ਹੈ ਹਾਂਜੀ ਤੇ ਇਹਦੇ ਵਿੱਚ ਹੈ ਕਿ ਵਪਾਰ ਨਾਲ ਵਹੀ ਗਈ ਕੁਦਰਤੀ ਹੈ ਕਿ ਉਮਰ ਦਾ ਫਰਕ ਹੋਣ ਕਰਕੇ ਉਹ ਨੂੰ ਆਪਣੇ ਪਤੀ ਤੋਂ ਜਿਹੜੇ ਕਿ ਪੂਰੀ ਤਰ੍ਹਾਂ ਸੰਤੁਸ਼ਟੀ ਨਹੀਂ ਹੁੰਦੀ ਤਾਂ ਜਿਸ ਕਰਕੇ ਉਹ ਇਸ ਅਸੰਤੁਸ਼ਟੀ ਦਾ ਜਿਹੜੇ ਕਿ ਭਾਵ ਧਾਰਮਿਕ ਭਾਵ ਦੇ ਵਿੱਚ ਬਦਲ ਜਾਂਦਾ ਉਹਦਾ ਜਿਹੜੇ ਕਿ ਇਹ ਜਿਹੜੀ ਅਸੰਤੁਸ਼ਟੀ ਉਹ ਧਾਰਮਿਕ ਭਾਵ ਦੇ ਵਿੱਚ ਬਦਲ ਜਾਂਦੀ ਹੈ ਤੇ ਉਹਦੇ ਜਿਹੜਾ ਨੇੜੇ ਰਹਿੰਦਾ ਸੀ ਇਹ ਅ 8 9 10 ਸਾਲਾਂ ਦਾ 9 10 ਸਾਲਾਂ ਦਾ ਸੀ ਜਿਹੜੇ ਕਿ ਕ੍ਰਿਸ਼ਨ ਚੰਦਰ ਕਹਾਣੀਕਾਰ ਉਹਨੂੰ ਜਿਹੜੇ ਕਿ ਕ੍ਰਿਸ਼ਨ ਦੀ ਤਰ੍ਹਾਂ ਉਹਨੂੰ ਆਪਣਾ ਕ੍ਰਿਸ਼ਨ ਮੰਨ ਕੇ ਤੇ ਆਪ ਰਾਧਾ ਦੇ ਰੂਪ ਦੇ ਵਿੱਚ ਉਹਨੂੰ ਪਿਆਰ ਕਰਨ ਲੱਗਦੀ ਹੈ ਠੀਕ ਹੈ ਤਾਂ ਉਸ ਨੂੰ ਕੁੱਟ-ਕੁੱਟ ਕੇ ਆਪਣੀ ਛਾਤੀ ਦੇ ਨਾਲ ਲਾਉਂਦੀ ਹੈ ਉਹਦੀ ਗੱਲਾਂ ਦੇ ਨਾਲ ਗੱਲ ਲਾ ਕੇ ਜਿਹੜੇ ਕਿ ਪਿਆਰ ਕਰਦੀ ਹੈ ਉਹਨੂੰ ਕ੍ਰਿਸ਼ਨ ਦੀ ਤਰ੍ਹਾਂ ਹੀ ਸ਼ਿੰਗਾਰਦੀ ਹੈ ਤੇ ਫਿਰ ਸ਼ਿੰਗਾਰਦੀ ਹੋਈ ਇੱਕ ਇੱਕ ਲੱਤ ਦੇ ਭਾਰ ਖੜੇ ਖੜ ਕਰਦੀ ਹੈ ਠੀਕ ਆ ਵੀ ਖੜਾ ਕਰਦੀ ਹੈ ਤੇ ਉਹਦੀ ਪੀਲੀ ਸਾੜੀ ਜਿਹੜੀ ਕਿ ਉਹ ਲਾਉਂਦੀ ਆ ਉਹਨੂੰ ਮਤਲਬ ਕਿ ਕ੍ਰਿਸ਼ਨ ਦੀ ਤਰ੍ਹਾਂ ਉਹਨੂੰ ਮੰਨਣ ਲੱਗ ਜਾਂਦੀ ਹੈ ਠੀਕ ਹੈ ਤੇ ਆ ਭਰਾਦਾ ਬਣ ਜਾਂਦੀ ਹੈ ਤੇ ਉਹਦੇ ਹੱਥ ਦੇ ਵਿੱਚ ਫਿਰ ਵੰਸਰੀ ਫੜਾਉਂਦੀ ਹੈ ਕਹਾਣੀ ਕਰਦੇ ਹੱਥ ਦੇ ਵਿੱਚ ਵੰਸਰੀ ਫੜਾਉਂਦੀ ਆ ਰਾਮ ਪਿਆਰੀ ਤੇ ਘੁੰਗਰੂ ਪਾ ਕੇ ਫਿਰ ਦੀਵੇ ਜਗਾ ਕੇ ਧੂਫ ਜਗਾ ਕੇ ਹਾਰ ਪਾ ਕੇ ਮੁਕਟ ਪਾ ਕੇ ਉਹਦੀ ਆਰਤੀ ਉਤਾਰਦੀ ਹੈ ਤੇ ਉਹਦੇ ਆਲੇ ਦੁਆਲੇ ਜਿਹੜੀ ਕਿ ਨੱਚਦੀ ਆ ਠੀਕ ਆ ਭਾ ਭਰਾਦਾ ਦੀ ਤਰ੍ਹਾਂ ਜਿਹੜੀ ਕਿ ਉਹਦੇ ਆਲੇ ਦੁਆਲੇ ਨੱਚਦੀ ਉਹਨੂੰ ਕ੍ਰਿਸ਼ਨ ਬਣਾ ਕੇ ਤਾਂ ਐਵੇਂ ਕਰਦੀ ਹੋਈ ਜਿਹੜੀ ਕਿ ਉਹ ਇੱਕ ਇੱਕ ਅਦਭੁਤ ਇੱਕ ਅਨੋਖੀ ਮਸਤੀ ਦੇ ਵਿੱਚ ਜਿਹੜੇ ਕਿ ਆ ਜਾਂਦੀ ਆ ਤੇ ਉਹਨੂੰ ਚਾਂਦੀ ਦੇ ਭਾਂਡਿਆਂ ਦੇ ਵਿੱਚ ਜਿਹੜੇ ਕਿ ਦੁੱਧ ਮਲਾਈ ਦੰਦੀ ਆ ਕਹਾਣੀਕਾਰ ਨੂੰ ਠੀਕ ਆ ਚਾਂਦੀ ਦੇ ਭਾਂਡਿਆਂ ਦੇ ਵਿੱਚ ਚਾਂਦੀ ਦੇ ਭਾਂਡਿਆਂ ਦੇ ਵਿੱਚ ਜਿਹੜੇ ਕਿ ਦੁੱਧ ਮਲਾਈ ਤੇ ਚੌਲ ਫੁਲਕੇ ਸਬਜੀ ਸਬ지 ਮੱਖਣ ਤੇ ਆਪਣੇ ਹੱਥਾਂ ਦੇ ਨਾਲ ਚਮਚਿਆਂ ਤੇ ਬੁਰਕੀਆਂ ਦੇ ਨਾਲ ਜਿਹੜੇ ਕਿ ਉਹਨੂੰ ਖਵਾਉਂਦੀ ਸੀ ਠੀਕ ਆ ਕ੍ਰਿਸ਼ਨ ਦੀ ਤਰ੍ਹਾਂ ਉਹਨੂੰ ਜਿਹੜੇ ਕਿ ਰੱਖਦੀ ਸੀ ਤਾਂ ਫਿਰ ਉਹਨੂੰ ਬਾਹਾਂ ਦੇ ਵਿੱਚ ਘੁੱਟ ਕੇ ਜਿਹੜੇ ਕਿ ਨਿਸਲ ਹੋ ਜਾਂਦੀ ਤੇ ਨੀਮ ਬੇਹੋਸ਼ੀ ਦੀ ਹਾਲਤ ਦੇ ਵਿੱਚ ਉਹਦਾ ਪਿਆਰ ਦਾ ਜਿਹੜੇ ਕਿ ਅਨੰਦ ਲੰਦੀ ਸੀ ਜਿਹੜੇ ਕਿ ਉਹ ਸਮੇਂ ਕਹਾਣੀਕਾਰ ਸੀ 9-10 ਸਾਲਾਂ ਦਾ ਠੀਕ ਹੈ ਹਾਂਜੀ ਫਿਰ ਦੂਜੇ ਪਾਸੇ ਜਿਹੜੇ ਕਿ ਕ੍ਰਿਸ਼ਨ ਚੰਦਰ ਭਾਵੇਂ ਛੋਟੀ ਉਮਰ ਦਾ ਸੀ ਬਟ ਉਹਨੂੰ ਵੀ ਉਹਦੇ ਮਨ ਦੇ ਵਿੱਚ ਵੀ ਜਿਹੜੇ ਕਿ ਇੱਕ ਕਾਮ ਰੂਚੀ ਦੀ ਸੰਤੁਸ਼ਟੀ ਤੇ ਤ੍ਰਿਪਤੀ ਦੀ ਜਿਹੜੇ ਕਿ ਉਹਦੇ ਦਾ ਮਨ ਵੀ ਮੰਗ ਕਰਦਾ ਸੀ ਠੀਕ ਹੈ ਜਿਸ ਕਰਕੇ ਉਹ ਵੀ ਇਰਾਦਾ ਦੇ ਵਿੱਚ ਜਿਹੜੇ ਕਿ ਦਿਲਚਸਪੀ ਆਪਾਂ ਨੂੰ ਸਪਸ਼ਟ ਨਜ਼ਰ ਆਉਂਦੀ ਹੈ ਤੇ ਇਸ ਤਰ੍ਹਾਂ ਇਸ ਕਹਾਣੀ ਦੇ ਵਿੱਚ ਤੇ ਐਂਡ ਦੇ ਵਿੱਚ ਕੀ ਹੁੰਦਾ ਕਿ ਐਂਡ ਦੇ ਵਿੱਚ ਜਿਹੜੀ ਕਿ ਦੇਖੋ ਐਂਡ ਦੇ ਵਿੱਚ ਜਦੋਂ ਜਿਹੜਾ ਕਿ ਉਹ ਹਰ ਰੋਜ਼ ਉਹਦੇ ਘਰਾਂ ਜਾਂਦਾ ਰਹਿੰਦਾ ਠੀਕ ਹੈ ਜਿਹੜਾ ਕਿ ਇਹ ਕ੍ਰਿਸ਼ਨ ਚੰਦਰਾ ਠੀਕ ਹੈ ਉਹ ਵੀ ਉਹਨੂੰ ਜਿਹੜੇ ਕਿ ਸਜਾਉਂਦੀ ਰਹਿੰਦੀ ਸੀ ਤਾਂ ਫਿਰ ਜੇ ਉਹਦੀ ਮਾਂ ਜਿਹੜੀ ਕਿ ਉਹਨੂੰ ਦੇਖਣ ਜਾਂਦੀ ਸੀ ਚਾਈ ਠੀਕ ਹੈ ਤਾਂ ਉਹਦੇ ਕੱਪੜੇ ਜਿਹੜੇ ਕਿ ਤਾਰ ਕੇ ਫਿਰ ਉਹਨੂੰ ਜਲਦੀ ਜਲਦੀ ਪਹਿਲਾਂ ਵਾਲੇ ਜਿਹੜੇ ਕਿ ਕੱਪੜੇ ਪਵਾ ਕੇ ਉਹਦਾ ਮੂੰਹ ਧਵਾ ਕੇ ਜਿਹੜੇ ਕਿ ਉਹਨੂੰ ਬੂਹਾ ਖੋਲ ਕੇ ਜਿਹੜੇ ਕਿ ਉਹਨੂੰ ਤੇ ਚਾਈ ਦੇ ਪੁੱਛਣ ਦੇ ਉਹਨੂੰ ਕਹਿ ਦਿੰਦੀ ਕਿ ਉਹ ਦੇਖ ਲਈ ਕਿ ਕ੍ਰਿਸ਼ਨ ਇੱਥੇ ਹੈ ਕਨਾ ਫਿਰ ਉਹਨੂੰ ਕਈ ਵਾਰ ਜਿਹੜੇ ਕਿ ਫਿਰ ਉਹਨੂੰ ਖੇਡਦੇ ਖੇਡਦੇ ਉਹਨੂੰ ਉੱਥੇ ਜਿਹੜੇ ਕਿ ਬੇਸ ਦੰਦੀ ਸੀ ਤੇ ਕਈ ਵਾਰ ਜਿਹੜੇ ਕਿ ਉਹ ਕਹਾਣੀਕਾਰ ਆ ਜਿਹੜੇ ਕਿ ਉਹ ਵੀ ਉਹਦੇ ਆਉਣ ਜਾਣ ਲੱਗਿਆ ਸੀ ਘਰਾਂ ਠੀਕ ਹੈ ਤੇ ਉਹਨੂੰ ਸੁੱਤੇ-ਸੁੱਤਿਆਂ ਅੰਦਰ ਦਾ ਬੂਹਾ ਅੜਾ ਕੇ ਜਿਹੜੇ ਕਿ ਇਕੱਲਾ ਖੇਡਦਾ ਰਹਿੰਦਾ ਸੀ ਠੀਕ ਹੈ ਤੇ ਅੰਦਰ ਜਾ ਕੇ ਫਿਰ ਕਹਾਣੀਕਾਰ ਨੂੰ ਜਿਹੜੇ ਕਿ ਬਾਹੋਂ ਫੜ ਲਿਆ ਤੇ ਉਹਨੂੰ ਡਰ ਦੇ ਨਾਲ ਕੰਬਦਾ ਦੇਖ ਕੇ ਉਹ ਕਹਿਣ ਲੱਗੀ ਕਿ ਡਰੋ ਨਾ ਮੇਰੇ ਕ੍ਰਿਸ਼ਨ ਜੀ ਅਸੀਂ ਚੋਰੀ ਨਹੀਂ ਕੀਤੀ ਭਾਵ ਕਿ ਜਦੋਂ ਦੀ ਮਾਂ ਖੜੀ ਹੁੰਦੀ ਆ ਤਾਂ ਉਹ ਉਹਨੂੰ ਕਹਿੰਦੀ ਹੁੰਦੀ ਵੀ ਨਹੀਂ ਆਪਾਂ ਨੇ ਚੋਰੀ ਨਹੀਂ ਕੀਤੀ ਪਾਪ ਨਹੀਂ ਕੀਤਾ ਤਾਂ ਕਹਾਣੀਕਾਰ ਫਿਰ ਜਿਹੜੇ ਕਿ ਉਹਦੇ ਨਾਲ ਅਮਰੀਕਾ ਦੇ ਨਾਲ ਬਾਹਰ ਆ ਗਿਆ ਤੇ ਰਾਧਾ ਨੇ ਉਹਦੀ ਬਾਹ ਚਾਈ ਨੂੰ ਫਿਰ ਫੜਾ ਦਿੱਤੀ ਭਵਕੀ ਐਂਡ ਦੇ ਵਿੱਚ ਜਿਹੜੀ ਕਿ ਉਹਦੇ ਚਾਈ ਨੇ ਇਹਨੂੰ ਦੇਖ ਲਿਆ ਸੀ ਕਿ ਇਹਨਾਂ ਨੇ ਘਰਾਂ ਜਾਂਦਾ ਹੈ ਠੀਕ ਹੈ ਤਾਂ ਉਹ ਕਹਿੰਦੇ ਕਿ ਆਪਾਂ ਨੇ ਕੋਈ ਚੋਰੀ ਨਹੀਂ ਕੀਤੀ ਵੀ ਕ੍ਰਿਸ਼ਨ ਵੀ ਤੂੰ ਘਬਰਾਉਣਾ ਠੀਕ ਹੈ ਤਾਂ ਫਿਰ ਉਹਦੀ ਮਾਂ ਨੂੰ ਫੜਾਉਂਦੀ ਹੋਈ ਕਹਿੰਦੀ ਕਿ ਆ ਲਓ ਫੜੋ ਇਹ ਮੱਖਣ ਚੋਰ ਹੈ ਭਵਕੀ ਉਹਨੂੰ ਕ੍ਰਿਸ਼ਨ ਦੀ ਤਰ੍ਹਾਂ ਹੀ ਉਹਨੂੰ ਮੰਨਦੀ ਆ ਤਾਂ ਕਹਿੰਦੀ ਆ ਕਿ ਵੀ ਇਹ ਅੰਦਰ ਲੁਕਿਆ ਹੋਇਆ ਸੀ ਤੇ ਚਾਈ ਨੇ ਅੰਦਰ ਵੜ ਕੇ ਫਿਰ ਦੇਖਿਆ ਕਿ ਚੀਜ਼ਾਂ ਖਿਲਰੀਆਂ ਪਈਆਂ ਸੀ ਜੋਤ ਜਗ ਰਹੀ ਸੀ ਉਹਦਾ ਨਜ਼ਾਰਾ ਦੇਖਿਆ ਤਾਂ ਉਹਨੂੰ ਜਿਹੜੇ ਕਿ ਉਹ ਸ਼ੱਕ ਦੀ ਨਜ਼ਰ ਦੇ ਨਾਲ ਜਿਹੜੇ ਕਿ ਰਾਧਾ ਤੇ ਦੇਖਣ ਲੱਗਦੀ ਹੈ ਤੇ ਉਹਨੂੰ ਨਫ਼ਰਤ ਤੇ ਆਕੜ ਦੇ ਨਾਲ ਜਿਹੜੇ ਕਿ ਦੇਖ ਕੇ ਜਿਹੜੇ ਕਿ ਵਾਪਸ ਆ ਜਾਂਦੀ ਆ ਤਾਂ ਫਿਰ ਕਹਾਣੀਕਾਰ ਨੂੰ ਜਿਹੜੇ ਕਿ ਉਹਦੀ ਮਾਈ ਜਿਹੜੀ ਕਿ ਛਾਈ ਆ ਉਹਨੂੰ ਕੁੱਟਣਾ ਸ਼ੁਰੂ ਕਰ ਦਿੰਦੀ ਵੀਰਾਂ ਦੇ ਘਰਾਂ ਕਿਉਂ ਜਾਂਦਾ ਤਾਂ ਫਿਰ ਰਾਮ ਪਿਆਰੀ ਜਿਹੜੀ ਕਿ ਰਾਧਾ ਉਹਨੂੰ ਛਡਾਉਣ ਦੇ ਲਈ ਦੋ ਵਾਰ ਬਾਹਰ ਨਿਕਲਦੀ ਆ ਪਰ ਫਿਰ ਮੁੜ ਜਾਂਦੀ ਆ ਠੀਕ ਆ ਤਾਂ ਕਹਾਣੀਕਾਰ ਦੀ ਫਿਰ ਗੱਲ ਦੇ ਉੱਪਰ ਦੇਖਦੀ ਆ ਕਿ ਉੱਚ ਪੀੜ ਦੇ ਪੈਣ ਨਾਲ ਜਿਹੜੀ ਕਿ ਉਹਦੀ ਗੱਲ ਇਕੱਠੀ ਹੋਈ ਲੱਗਦੀ ਉਹਨੂੰ ਠੀਕ ਹੈ ਵੀ ਉਹਦੀ ਮਦਰ ਨੇ ਉਹਨੂੰ ਜਿਹੜੇ ਕਿ ਕੁੱਟਿਆ ਤਾਂ ਫਿਰ ਛਾਈ ਨੇ ਜਿਹੜੀ ਕਿ ਕਹਾਣੀਕਾਰ ਨੂੰ ਕਮਰੇ ਦੇ ਵਿੱਚ ਡੱਕ ਤਾ ਭਾਵਕੀ ਬੰਦ ਕਰ ਦਿੰਦੀ ਐਂਟ ਦੇ ਵਿੱਚ ਤਾਂ ਉਹਦੇ ਪਿਤਾ ਨੂੰ ਜਿਹੜੇ ਕਿ ਪਿਤਾ ਨੂੰ ਉਡੀਕਣ ਲੱਗਦੇ ਵੀ ਕਦੋਂ ਉਹਦਾ ਪਿਤਾ ਆਊਗਾ ਉਹ ਸਾਰੀ ਗੱਲ ਉਹਨੂੰ ਦੱਸੂਗੀ ਤਾਂ ਕਹਾਣੀਕਾਰ ਜਾਣ ਕੇ ਜਿਹੜੇ ਕਿ ਘੁਰਾੜੇ ਮਾਰਨ ਲੱਗ ਜਾਂਦਾ ਭਾਵਕੀ ਸੋਨ ਦੀ ਐਕਟਿੰਗ ਕਰਨ ਲੱਗ ਜਾਂਦਾ ਤਾਂ ਫਿਰ ਜਿਹੜੀ ਛਾਈ ਆ ਉਹਦੇ ਪਿਤਾ ਨੂੰ ਰੋਟੀ ਖਵਾਉਂਦੀ ਐ ਤੇ ਜਦੋਂ ਪਲੰਘ ਉੱਪਰ ਜਾ ਲੇਟੇ ਤਾਂ ਉਹਨੇ ਉਹਨੂੰ ਸਾਰੀ ਗੱਲ ਦੱਸੀ ਤਾ ਪਿਤਾ ਨੇ ਪਹਿਲਾਂ ਤਾਂ ਜਿਹੜੀ ਕਿ ਉਹਦੀ ਗੱਲ ਉੱਤੇ ਬਹੁਤਾ ਯਕੀਨਾਂ ਕਰਤਾ ਕੀਤਾ ਠੀਕ ਆ ਵੀ ਉਹਦੀ ਝਾਈ ਉਹਨੂੰ ਕੀ ਦੱਸ ਰਹੀ ਹਾਂ ਰਾਧਾ ਬਾਰੇ ਉਪਾਪ ਕੀ ਰਾਮਪਿਆਰੀ ਵਾਰੇ ਵੀ ਜਿਹੜੇ ਕਿ ਕਹਾਣੀਕਾਰ ਉਹਨਾਂ ਦੇ ਘਰਾਂ ਜਾਂਦਾ ਵੀ ਕਿਵੇਂ ਉਹਨੂੰ ਜਿਹੜੀ ਇੱਕ ਕ੍ਰਿਸ਼ਨ ਦੀ ਤਰ੍ਹਾਂ ਉਹਨੂੰ ਸ਼ਿੰਗਾਰ ਕਰਦੀ ਆ ਫਿਰ ਉਹਨੂੰ ਜਿਹੜੇ ਕਿ ਐਵੇਂ ਉਹਨੂੰ ਉਹਦੇ ਆਲੇ ਦੁਆਲੇ ਜਿਹੜੀ ਕਿ ਨੱਚਦੀ ਆ ਠੀਕ ਹੈ ਤੇ ਧੂਫ ਲਾਉਂਦੀ ਆ ਤਾਂ ਪਹਿਲਾਂ ਤ ਉਹਦੀ ਗੱਲ ਤੇ ਯਕੀਨੀ ਕਰਦਾ ਹੈਗਾ ਕਹਾਣੀਕਾਰ ਦਾ ਪਿਤਾ ਪਰ ਫਿਰ ਉਹ ਉਹਨੂੰ ਜ਼ੋਰ ਦੇਣ ਤੇ ਕਹਿੰਦਾ ਕਿ ਠੀਕ ਆ ਉਹ ਸਵੇਰੇ ਉਹ ਉਹਦੇ ਜਿਹੜੇ ਕਿ ਰਾਮਪਿਆਰੀ ਦੇ ਘਰ ਵਾਲਾ ਜਿਹੜਾ ਬੁੱਢਾ ਵਪਾਰੀ ਆ ਵੀ ਉਹਨੂੰ ਮਿਲਣਗੇ ਉਹਨੂੰ ਸਾਰੀ ਗੱਲ ਇਹ ਪੁੱਛਣਗੇ ਤਾਂ ਫਿਰ ਜਦੋਂ ਕਹਾਣੀਕਾਰ ਆ ਜਿਹੜੇ ਕਿ ਸਕੂਲੋਂ ਆਉਂਦਿਆਂ ਅ ਰਾਧਾ ਦੇ ਘਰ ਗਿਆ ਤਾਂ ਉਹਨੇ ਬੂਹਾ ਖੁੱਲਿਆ ਪਿਆ ਸੀ ਤਾਂ ਅੰਦਰ ਕੋਈ ਵੀ ਸਮਾਨ ਨਹੀਂ ਸੀ ਠੀਕ ਆ ਕਮਰੇ ਦੇ ਵਿੱਚ ਕੋਈ ਨਹੀਂ ਸੀ ਤਾਂ ਕਹਾਣੀਕਾਰ ਨੂੰ ਐਵੇਂ ਲੱਗਿਆ ਵੀ ਜਿਵੇਂ ਉਹਦਾ ਕੋਈ ਸਰੀਰ ਦਾ ਅੰਗ ਕੱਟ ਦਿੱਤਾ ਹੋਵੇ ਠੀਕ ਆ ਵਿਭਾਵ ਕੀ ਉਹਦੇ ਜਿਵੇਂ ਸਰੀਰ ਦਾ ਕੋਈ ਅੰਗ ਕੱਟ ਦਿੱਤਾ ਹੋਵੇ ਤਾਂ ਉਹ ਕਮਰੇ ਦੀ ਇੱਕ ਨੁੱਕਰ ਦੇ ਵਿੱਚ ਧਸ ਗਿਆ ਤੇ ਫਿਰ ਰੋਣ ਲੱਗ ਜਾਂਦਾ ਫਿਰ ਅਚਾਨਕ ਉਹਦੀ ਚਾਈ ਨੇ ਜਿਹੜੇ ਕੀ ਬਾਹ ਫੜਦੀ ਹੈ ਤ ਉਹਨੂੰ ਧੋੰਦੀ ਹੋਈ ਆਪਣੇ ਫਿਰ ਤੋਂ ਘਰਾਂ ਲੈ ਜਾਂਦੀ ਹੈ ਠੀਕ ਹੈ ਇਹਦਾ ਅੰਤ ਹੈ ਤੇ ਫਿਰ ਅੰਤ ਦੇ ਵਿੱਚ ਹੀ ਸਵਿਸ਼ਾ ਵਸਤੂ ਬਾਰੇ ਕਹਾਣੀਕਾਰ ਨੇ ਕੀ ਕਿਹਾ ਇਨਕੀ ਵੀ ਜਿਹੜੇ ਕਿ ਅ ਬੇਸ਼ੱਕ ਕ੍ਰਿਸ਼ਨ ਛੋਟਾ ਸੀ ਪਰ ਫਿਰ ਵੀ ਉਹਦੇ ਮਨ ਦੇ ਵਿੱਚ ਜਿਹੜੀ ਕਿ ਉਹ ਕਾਮ ਤ੍ਰਿਪਤੀ ਸੀ ਠੀਕ ਹੈ ਮੰਗ ਕਰਦਾ ਸੀ ਤੇ ਉਹਦੀ ਰਾਧਾ ਦੇ ਵਿੱਚ ਦਿਲਚਸਪੀ ਸੀ ਇਹ ਪ੍ਰਗਟ ਹੁੰਦੀ ਆਪਾਂ ਨੂੰ ਇਸ ਕਹਾਣੀ ਦੇ ਵਿੱਚ ਠੀਕ ਹੈ ਤੇ ਇਸ ਤਰ੍ਹਾਂ ਕਹਾਣੀ ਕਰਨੇ ਕਹਾਣੀ ਦੇ ਵਿੱਚ ਜਿਹੜੇ ਕਾਮ ਰੂਚੀ ਦੇ অসੰਤੁਸ਼ਟ ਰਹਿਣ ਦੇ ਹਾਲਤ ਦੇ ਵਿੱਚ ਫਿਰ ਉਹਦੇ ਧਾਰਮਿਕ ਭਾਵ ਦੇ ਵਿੱਚ ਬਦਲ ਜਾਣ ਨੂੰ ਵਿਸ਼ੇਦ ਰੂਪ ਦੇ ਵਿੱਚ ਲਿਆ ਤੇ ਨਾਲੇ ਸਾਡੇ ਸਮਾਜ ਦੇ ਵਿੱਚ ਜਿਹੜੀ ਇਸਤਰੀ ਦੇ ਕਰੋਨਾਮਈ ਦਸ਼ਾ ਠੀਕ ਹੈ ਉਹਨੂੰ ਪੇਸ਼ ਕੀਤਾ ਠੀਕ ਹੈ ਵੀ ਕਿਵੇਂ ਉਹਦੀ ਮਾਂ ਜਿਹੜੀ ਕਿ ਚਾਈ ਠੀਕ ਆ ਉਹ ਰਾਮ ਪਿਆਰੀ ਨੂੰ ਕਿਵੇਂ ਦੇਖਦੀ ਸੀ ਤੇ ਉਹਦੇ ਨਾਲ ਆਖੜ ਦੇ ਨਾਲ ਦੇਖ ਗਈ ਜਦ ਕਿ ਉਹ ਤਾਂ ਇੱਕ ਉਹਨੂੰ ਉਹ ਕ੍ਰਿਸ਼ਨ ਦੀ ਤਰ੍ਹਾਂ ਉਹਦਾ ਨੂੰ ਪੂਜ ਰਹੀ ਸੀ ਠੀਕ ਆ ਕ੍ਰਿਸ਼ਨ ਦੀ ਤਰ੍ਹਾਂ ਉਹਨੂੰ ਪਿਆਰ ਕਰ ਰਹੀ ਸੀ ਬਟ ਉਹਦੀ ਚਾਈ ਜਿਹੜੀ ਕਿ ਉਹ ਤੇ ਡਾਊਟ ਕਰ ਰਹੀ ਸੀ ਠੀਕ ਹੈ ਤਾਂ ਇਸ ਵਿਸ਼ੇ ਨੂੰ ਜਿਹੜੇ ਕਿ ਬੜੀ ਕੋਮਲ ਕਲਾਤਮਕਤਾ ਦੇ ਨਾਲ ਜਿਹੜੇ ਕਿ ਸਿਰਜਿਆ ਤੇ ਧਾਰਮਿਕ ਪੁੱਠ ਵਾਲੇ ਜਿਹੜੇ ਕਿ ਰੋਮਾਂਟਿਕ ਪਲਾਂਟ ਤੇ ਪਾਤਰਾਂ ਰਹੀ ਜਥਾਰਤਕ ਤੇ ਰੋਮਾਂਟਿਕ ਵਾਤਾਵਰਣ ਅਨੁਸਾਰ ਕਿ ਜਿਹੜੇ ਕਿ ਮਨੋਵਿਗਿਆਨਿਕ ਸੂਝ ਦੇ ਨਾਲ ਇਸ ਕਹਾਣੀ ਨੂੰ ਪੇਸ਼ ਕੀਤਾ ਤੇ ਇਹਦਾ ਅੰਤ ਆ ਜਿਹੜੇ ਕਿ ਪ੍ਰਭਾਵਸ਼ਾਲੀ ਤੇ ਸਜਾਉ ਹਾਂਜੀ ਏਸੀ ਇਸ ਵੀਡੀਓ ਦੇ ਵਿੱਚ ਤੁਹਾਡੇ ਦੋ ਸਟੋਰੀਜ਼ ਥੈਂਕਸ